ਲਗਾਤਾਰ ਬਿਆਨਬਾਜ਼ੀ ਦਾ سلسلہ جاری ਹੈ ਜਦੋਂ ਦੀ ਮਾਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਨੇ 22 ਜਨਵਰੀ ਤੋਂ ਅਨਾਉਂਸਮੈਂਟ ਕੀਤੀ ਕਿ ਅਸੀਂ ਸਟੂਡੈਂਟ ਤੇ ਉੱਤੇ ਕੈਪਿੰਗ ਲਗਾਉਣ ਜਾ ਰਹੇ ਹਾਂ 3,60,000 ਵੀਜ਼ਾ ਜਾਰੀ ਕਰਾਂਗੇ 2024 ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਮੇਜਰ ਦੋ ਪ੍ਰੋਵਿੰਸਸ ਵਿੱਚ ਸਟੂਡੈਂਟ ਨੇ ਨੰਬਰ 1 온ਟਾਰੀਓ ਨੰਬਰ 2 ਬ੍ਰਿਟਿਸ਼ ਕੋਲੰਬੀਆ ਸਟੂਡੈਂਟ ਨੂੰ ਐਜੂਕੇਸ਼ਨ ਕੁਆਲਿਟੀ ਦੇਣ ਦੇ ਲਈ ਹੀ ਇਹ ਬਦਲਾਅ ਕੀਤੇ ਗਏ ਨੇ 온ਟਾਰੀਓ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਅੱਗੇ ਤੋਂ ਜਿਹੜੇ ਪਬਲਿਕ ਕਾਲਜਸ ਨੇ ਉਹ ਪ੍ਰਾਈਵੇਟ ਇੰਸਟੀਟਿਊਟਸ ਨਾਲ ਪਾਰਟਨਰਸ਼ਿਪ ਨਹੀਂ ਕਰ ਪਾਉਣਗੇ। ਸੋ ਬੜਾ ਵੱਡਾ ਇੱਕ ਮੁੱਦਾ ਛਿੜਿਆ ਪਿਆ ਹੈ ਸੋਸ਼ਲ ਪਲੇਟਫਾਰਮ ਤੇ ਸਰਕਾਰਾਂ ਦੇ ਦਰਮਿਆਨ ਪੰਗਾ ਤਾਂ ਲੈ ਲਿਆ ਯਾਰ। ਹੁਮਨ ਲੱਗਦਾ ਕੈਨੇਡਾ ਸਰਕਾਰ ਨੇ ਮਾਕ ਮਿਲਣ ਦੇ ਬਿਆਨ ਬਾਈ ਤਾਂ ਕਰਤੀ ਪਰ ਅੱਗੇ ਕਿਉਂ ਇਹ ਸਮੇਟਣਾ ਕਿਵੇਂ ਕਿਦਾਂ ਕਿਤੇ ਔਖਾ ਲੱਗਦਾ। 1 ਮਈ ਨੂੰ ਅਨਾਉਂਸਮੈਂਟ ਕਰ ਦਿੱਤਾ ਗਈ ਕਿ ਜਿਹੜਾ ਵੀ ਬੱਚਾ ਹੁਣ ਆਪਦਾ ਸਟੱਡੀ ਵੀਜ਼ਾ ਅਪਲਾਈ ਕਰੇਗਾ ਉਹਨੂੰ ਉਥੋਂ ਦੇ ਪ੍ਰੋਵਿੰਸ ਤੋਂ ਅਟੈਸਟੇਸ਼ਨ ਲੈਟਰ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਸ YouTube ਚੈਨਲ ਦੇ ਮਾਧਿਅਮ ਰਾਹੀਂ ਆ ਅੱਜ ਫਿਰ ਕੈਨੇਡਾ ਦੇ ਜਿਹੜੇ ਰੂਲਸ ਬਦਲੇ ਨੇ ਨਵੇਂ ਬਦਲਾਅ ਆਏ ਨੇ ਨਵੀਆਂ ਅਪਡੇਟਸ ਆਈਆਂ ਨੇ ਉਹਨੂੰ ਲੈ ਕੇ ਕੁਝ ਹੋਰ ਨਵੀਆਂ ਗੱਲਾਂ ਨਵੇਂ ਤਰਕ ਤੋਂ ਨਾਲ ਸਾਂਝੇ ਕਰਾਂਗੇ ਲਗਾਤਾਰ ਬਿਆਨਬਾਜ਼ੀ ਦਾ سلسلہ جاری ਹੈ ਜਦੋਂ ਦੀ ਮਾਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਨੇ 22 ਜਨਵਰੀ ਤੋਂ ਅਨਾਉਂਸਮੈਂਟ ਕੀਤੀ ਕਿ ਅਸੀਂ ਸਟੂਡੈਂਟ ਤੇ ਉੱਤੇ ਕੈਪਿੰਗ ਲਗਾਉਣ ਜਾ ਰਹੇ ਹਾਂ 3,60,000 ਵੀਜ਼ਾ ਜਾਰੀ ਕਰਾਂਗੇ 2024 ਦੇ ਵਿੱਚ 35% ਤੱਕ ਗਿਰਾਵਟ ਆਏਗੀ ਸਟੂਡੈਂਟ ਵੀਜ਼ਾ ਦੇ ਵਿੱਚ ਸੋ ਉਹ ਹੌਲੀ ਹੌਲੀ ਕਰਕੇ ਹੁਣ ਬਾਕੀਆਂ ਜਿਹੜੀ ਪ੍ਰੋਵਿੰਸ ਵੱਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਅੱਜ ਦੀ ਵੀਡੀਓ ਵਿੱਚ ਦੋ ਮੇਜਰ ਪੁਆਇੰਟ ਸਮਝਾਵਾਂਗਾ ਧਿਆਨ ਨਾਲ ਸੁਣਿਓ ਕਿਉਂਕਿ ਕੈਨੇਡਾ ਦੇ ਵਿੱਚ ਮੇਜਰ ਦੋ ਪ੍ਰੋਵਿੰਸਸ ਵਿੱਚ ਸਟੂਡੈਂਟ ਨੇ ਨੰਬਰ 1 온ਟਾਰੀਓ ਨੰਬਰ 2 ਬ੍ਰਿਟਿਸ਼ ਕੋਲੰਬੀਆ অন্ਟਰੀ ਟੋਰਾਂਟੋ ਮਿਸਿਸਾਗਾ ਜਾਂ ਬ੍ਰੈਮਟਨ ਦੇ ਲਾਗੇ ਸ਼ਾਕੇ ਦੀ ਗੱਲ ਕਰੀਏ ਜਾਂ ਫਿਰ ਸਕਾਰਬ੍ਰੋ ਦੇ ਗੱਲ ਕਰੀਏ ਜੇ BC ਚ ਐਬਰਟਸਫੋਰਡ ਵੈਨਕੂਵਰ ਸਰੀ ਦੀ ਗੱਲ ਕਰੀਏ ਇਨ੍ਹਾਂ ਦੋ ਤਿੰਨ ਸ਼ਹਿਰਾਂ ਦੇ ਵਿੱਚ ਹੀ ਜ਼ਿਆਦਾਤਰ ਪ੍ਰਾਈਵੇਟ ਕੈਰੀਅਰ ਕਾਲਜਸ ਖੁੱਲੇ ਸੀ ਔਰ ਇਨ੍ਹਾਂ ਨੂੰ ਨਕੇਲ ਕਸਣ ਦੇ ਲਈ ਹੀ ਸਟੂਡੈਂਟ ਨੂੰ ਐਜੂਕੇਸ਼ਨ ਕੁਆਲਿਟੀ ਦੇਣ ਦੇ ਲਈ ਹੀ ਇਹ ਬਦਲਾਵ ਕੀਤੇ ਗਏ ਨੇ ਸੋ BC ਗਵਰਨਮੈਂਟ ਵੱਲੋਂ ਵੀ ਅਨਾਉਂਸਮੈਂਟ ਹੋਈਆਂ ਨੇ 온ਟਾਰੀਓ ਗਵਰਨਮੈਂਟ ਵੱਲੋਂ ਵੀ ਅਨਾਉਂਸਮੈਂਟ ਹੋਈਆਂ ਨੇ ਪਰ ਨਾਲ ਦੀ ਨਾਲ ਜਿਹੜੀ ਆਪੋਜ਼ਿਟ ਪਾਰਟੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਟੂਡੈਂਟ ਤੇ ਕੈਪਿੰਗ ਲਗਾਉਣ ਦੇ ਨਾਲ ਹਾਊਸਿੰਗ ਕ੍ਰਾਈਸਿਸ ਇਹ ਸਭ ਚੀਜ਼ਾਂ ਖਤਮ ਨਹੀਂ ਹੋਣੀਆਂ ਖੈਰ ਉਹਦਾ ਪੋਲਿਟੀਕਲ ਸਟੰਟ ਨੇ ਇੱਕ ਪਾਰਟੀ ਦੂਜੀ ਪਾਰਟੀ ਤੇ ਬਿਆਨਬਾਜ਼ੀ ਕਰਦੀ ਬਟ ਜਿਹੜੀਆਂ ਤਰਕ ਦੀਆਂ ਗੱਲਾਂ ਨੇ ਫੈਕਟਸ ਦੀਆਂ ਗੱਲਾਂ ਨੇ ਉਹ ਮੈਂ ਤਾਂ ਨਾ ਕਰਾਂਗਾ 온ਟਾਰੀਓ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਅੱਗੇ ਤੋਂ ਜਿਹੜੇ ਪਬਲਿਕ ਕਾਲਜਸ ਨੇ ਪ੍ਰਾਈਵੇਟ ਇੰਸਟੀਟਿਊਟਸ ਨਾਲ ਪਾਰਟਨਰਸ਼ਿਪ ਨਹੀਂ ਕਰ ਪਾਉਣਗੇ ਜਿਵੇਂ ਕਿ ਆਲਰੇਡੀ ਮੈਂ ਦੱਸਿਆ ਸੀ ਕਿ ਜੇ 17 ਕਾਲਜ ਦੀ ਲਿਸਟ ਮੈਂ ਲਾਸਟ ਵੀਡੀਓ ਚ ਦਿਖਾਈ ਸੀ ਤੁਹਾਨੂੰ ਜਿਨ੍ਹਾਂ ਚੋਂ ਘੱਟੋ ਘੱਟ 14-15 ਕਾਲਜ ਇਕੱਲੇ অন্ਟੈਰੀਓ ਪ੍ਰਵੀਜ਼ ਦੇ ਸੀਗੇ ਸੋ ਏਡੀ ਵੱਡੀ ਪੱਧਰ ਤੇ ਕੇਵਲ অন্ਟੈਰੀਓ ਪ੍ਰਵੀਜ਼ ਵਿੱਚ ਹੀ ਪਬਲਿਕ ਔਰ ਪ੍ਰਾਈਵੇਟ ਕਾਲਜ ਵਿੱਚ ਪਾਰਟਨਰਸ਼ਿਪ ਚੱਲਦੀ ਸੀ ਉਹਨਾਂ ਚ ਵਰਕ ਪਰਮਿਟ 1 ਸਤੰਬਰ ਤੋਂ ਬੰਦ ਹੋਣ ਜਾ ਰਹੇ ਆ ਸੋ ਅੱਗੇ ਤੋਂ ਕੋਈ ਵੀ ਪਬਲਿਕ ਕਾਲਜ ਪ੍ਰਾਈਵੇਟ ਇੰਸਟੀਚੂਟਸ ਨਾਲ ਪਾਰਟਨਰਸ਼ਿਪ ਨਹੀਂ ਕਰ ਪਾਏਗਾ ਇਹ ਅਨਾਉਂਸਮੈਂਟ ਵੱਡੇ ਪੱਧਰ ਤੇ ਕੀਤੀ ਗਈ ਹੈ ਦੂਜਾ ਕੈਪਿੰਗ ਦੀ ਗੱਲ ਕਿਉਂਕਿ ਤਕਰੀਬਨ 5 ਲੱਖ ਤੋਂ ਜ਼ਿਆਦਾ ਸਟੂਡੈਂਟ ਕੱਲਾ 온ਟਾਰੀਓ ਪ੍ਰੋਵਿੰਸ ਵਿੱਚ ਹੀ ਪੜ ਰਿਹਾ ਸੋ ਜੇ ਸਭ ਤੋਂ ਵੱਡਾ ਨੰਬਰ 온ਟਾਰੀਓ ਪ੍ਰੋਵਿੰਸ ਵਿੱਚ ਆ ਮੈਂ ਦੱਸ ਦਿਆਂ ਥੋੜਾ ਜਿਹਾ ਜੇ ਨਹੀਂ ਕੈਨੇਡਾ ਦੀ ਜੀਓਗ੍ਰਾਫੀਕਲ ਨੌਲੇਜ ਤਾਂ 온ਟਾਰੀਓ ਉਹ ਸੂਬਾ ਹੈ ਉਹ ਪ੍ਰੋਵਿੰਸ ਹੈ ਜਿੱਥੇ ਪੰਜਾਬੀ ਸਭ ਤੋਂ ਵੱਧ ਜਾਣਾ ਪਸੰਦ ਕਰਦੇ ਆ ਜਿਨ੍ਹਾਂ ਚ ਬ੍ਰੈਮਟਨ ਜਿਨ੍ਹਾਂ ਚ ਮਿਸਿਸਾਗਾ ਜਿਨ੍ਹਾਂ ਚ ਸਕਾਰਬਰ ਇਹ ਉਹ ਸ਼ਹਿਰ ਨੇ ਟੋਰਾਂਟੋ ਇਹ ਉਹ ਸ਼ਹਿਰ ਨੇ ਜਿੱਥੇ ਪੰਜਾਬੀ ਜ਼ਿਆਦਾ ਜਾਣਾ ਪਸੰਦ ਕਰਦੇ ਸੀ ਔਰ ਕਰਦੇ ਵੀ ਰਹਿਣਗੇ ਸ਼ਾਇਦ ਬਟ ਵੱਡਾ ਨੰਬਰ ਸਟੂਡੈਂਟ ਉਤੇ ਕੈਪਿੰਗ ਲਗਾਇਆ ਜਾ ਰਿਹਾ ਨੰਬਰ ਸਟੂਡੈਂਟ ਦੇ ਘਟਾਏ ਜਾ ਰਹੇ ਨੇ ਜੇ 5 ਲੱਖ ਸਟੂਡੈਂਟ ਉਥੇ ਇੰਟਰਵਿਊ ਬੈਠਾ ਤਾਂ ਘਟੋ-ਘਟ 50% ਡਾਊਨ ਨੰਬਰ ਕੀਤਾ ਜਾਏਗਾ ਹੁਣ ਇਹਦੇ ਨਾਲ ਦੀ ਨਾਲ ਜਿਹੜੇ ਕਾਲਜੇਜ਼ ਨੇ ਉਹਨਾਂ ਦਾ ਵੀ ਰੋਲਾ ਕਿ ਸਾਡੇ ਬੱਚੇ ਅਗਰ ਨਹੀਂ ਹੋਣਗੇ ਇੱਥੇ ਸਾਡੇ ਕੋਲ ਤੇ ਕਾਲਜ ਦੇ ਖਰਚੇ ਕੌਣ ਪੂਰੇ ਕਰੇਗਾ ਕਿਉਂਕਿ ਡੋਮੈਸਟਿਕ ਸਟੂਡੈਂਟ ਦੀ ਫੀਸ ਦਾ ਤਕਰੀਬਨ ਚੌਥਾ ਹਿੱਸਾ ਇੰਟਰਨੈਸ਼ਨਲ ਵਿਦਿਆਰਥੀ ਉਹਨਾਂ ਦੇ ਰੈਵਨਿਊ ਚ ਜਨਰੇਟ ਕਰਨ ਦਾ ਹਿੱਸਾ ਪਾਉਂਦਾ ਤੇ ਜੇ ਨੰਬਰ ਆਫ ਸਟੂਡੈਂਟ ਘਟੇਗਾ ਤੇ ਉਹਨੂੰ ਜਿਹੜੇ ਬੱਚੇ ਘੱਟ ਲੈਣਗੇ ਵੀ ਉਹਨਾਂ ਦੀਆਂ ਫੀਸਾਂ ਵਧਾਉਣੀਆਂ ਪੈਣਗੀਆਂ ਸੋ ਬੜਾ ਵੱਡਾ ਇੱਕ ਮੁੱਦਾ ਛਿੜਿਆ ਪਿਆ ਹੈ ਸੋਸ਼ਲ ਪਲੇਟਫਾਰਮ ਤੇ ਸਰਕਾਰਾਂ ਦੇ ਦਰਮਿਆਨ ਪੰਗਾ ਤਾਂ ਲੈ ਲਿਆ ਯਾਰ ਹੁਣ ਲੱਗਦਾ ਕੈਨੇਡਾ ਸਰਕਾਰ ਨੇ ਮਾਕ ਮਿਲਨ ਨੇ ਬਿਆਨ ਬਾਈ ਤਾਂ ਕਰਤੀ ਬਟ ਅੱਗੇ ਕਿਉਂ ਇਹ ਸਮੇਟਣਾ ਕਿਵੇਂ ਕਿਦਾਂ ਕਿਤੇ ਔਖਾ ਲੱਗਦਾ ਕਿਉਂਕਿ ਸਾਰੇ ਪਾਸੇ ਇਸ ਟਾਈਮ ਪੰਬਲਪੂਸ ਸੇਚ ਫਸੇ ਪਏ ਐ ਕਾਲਜ ਵਾਲੇ ਕੰਸਲਟੈਂਟ ਬੱਚੇ ਸਰਕਾਰਾਂ ਹੁਣ ਮਾਈ ਜਨਵਰੀ ਨੂੰ ਅਨਾਉਂਸਮੈਂਟ ਕਰ ਦਿੱਤਾ ਗਈ ਕਿ ਜਿਹੜਾ ਵੀ ਬੱਚਾ ਹੁਣ ਆਪਦਾ ਸਟੱਡੀ ਵੀਜ਼ਾ ਅਪਲਾਈ ਕਰੇਗਾ ਉਹਨੂੰ ਉਥੋਂ ਦੇ ਪ੍ਰੋਵਿੰਸ ਤੋਂ ਅਟੈਸਟੇਸ਼ਨ ਲੈਟਰ ਚਾਹੀਦੀ ਹੈ ਬਟ ਹਾਲੇ ਤੱਕ ਕਿਸੇ ਵੀ ਕਾਲਜ ਦੇ ਕੋਲ ਕਿਸੇ ਵੀ ਪ੍ਰੋਵਿੰਸ ਦੇ ਕੋਲ ਅਟੈਸਟੇਸ਼ਨ ਦੀ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ 31 ਮਾਰਚ ਤੱਕ ਦਾ ਟਾਈਮ ਦਿੱਤਾ ਗਿਆ ਜਿੱਦੇ ਕਰਕੇ ਹਨੇ ਫਾਈਲਸ ਲੱਗ ਨਹੀਂ ਪਾਰੀਆਂ ਸੋ ਬੱਚੇ ਵੀ ਪੁੱਛ ਰਹੇ ਨੇ ਕਿ ਫਾਈਲਾਂ ਅਪਲਾਈ ਕਰੀਏ ਜਾਂ ਨਾ ਕਰੀਏ ਉਹਦੇ ਬਾਰੇ ਮੈਂ ਇੱਕ ਅਲੱਗ ਵੀਡੀਓ ਬਣਾਉਂਗਾ ਅਗਲੀ ਵੀਡੀਓ ਜ਼ਰੂਰ ਦੇਖਿਓ ਕਿੰਨਾ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ ਕਿੰਨਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਜੇ ਕਰਨਾ ਚਾਹੀਦਾ ਤੇ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸੋ ਅੰਤਿਆਰੀ ਤੋਂ ਬਾਅਦ BC ਗਵਰਨਮੈਂਟ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਤੋਂ ਵੀ ਜਿਹੜੇ ਬਿਆਨ ਆਏ ਨੇ ਸਲੀਨਾ ਰੋਬਨਸਨ ਨੇ ਜਿਹੜੀ ਕੋ ਉੱਥੋਂ ਦੇ ਮਿਨਿਸਟਰ ਨੇ ਪੋਸਟ ਸਕੰਡਰੀ ਐਜੂਕੇਸ਼ਨ ਮਿਨਿਸਟਰ ਉਹਨਾਂ ਨੇ ਵੀ ਬਿਆਨਬ ਫਰਵਰੀ 2000 26 ਤੱਕ ਦਾ ਕਿਉਂਕਿ 24 ਚੱਲਦਾ ਪਿਆ ਫਰਵਰੀ ਚ ਬਿਆਨ ਜਨਵਰੀ ਚ ਬਿਆਨ ਬੈਜੀ ਹੋਈ ਹੈ ਫਰਵਰੀ 2026 ਤੱਕ 2 ਸਾਲ ਲਈ ਇੰਟਰਨੈਸ਼ਨਲ ਬੱਚੇ ਤੇ ਬੈਨ ਲਗਾ ਦਿੱਤਾ ਗਿਆ ਕਿ ਆਪਾਂ ਬੀਸੀ ਚ ਬੱਚੇ ਪੋ ਜਿਹੜੇ ਪ੍ਰਾਈਵੇਟ ਕਾਲਜ ਵਿੱਚ ਬੱਚੇ ਲੈਣੇ ਨਹੀਂ ਮਤਲਬ ਵੀਜ਼ੇ ਮਿਲਨੇ ਨਹੀਂ ਸੋ ਸੋਚ ਸਮਝ ਕੇ ਅਪਲਾਈ ਕਰਿਓ اگر ਤੁਸੀਂ ਕਿਸੇ پرائیویٹ کالج پڑھن جا رہے ہو ਤੁਸੀਂ بی سی پروونس سری وینکوور رابرٹسورڈ انہاں شہرات جڑے زیادہ تر کالج پڑھن جا رہے ہو ਹੁਣ ਵੀਜ਼ੇ ਅੱਗੇ ਨਹੀਂ ਹੋਣਗੇ ਕਿਉਂਕਿ 2 ਸਾਲ ਦੀ انٹرنیشنل اسٹوڈنٹ ਨੂੰ ਬੈਨ ਕਰ ਦਿੱਤਾ ਗਿਆ ਹੈ ਟੈਂਪਰੇਰੀ ਤੌਰ ਦੇ ਉਤੇ ਇਹ ਕਿਉਂ ਕੀਤਾ ਗਿਆ ਮੈਂ ਕੁਝ ਗੱਲਾਂ ਪੜ ਕੇ ਸੁਣਾਉਣਾ ਮੈਂ ਟੀਮ ਸਕਰੀਨ ਉੱਤੇ ਵੀ ਪੂਰੀ ਮੈਂ ਇਹਦੀ ਪੁਆਇੰਟਸ ਪਵਾ ਦੇਣਾ ਉਹਨਾਂ ਕਹਿੰਦੇ ਜੀ ਪਹਿਲੀ ਚੀਜ਼ ਪੋਜ਼ਿੰਗ ਗ੍ਰੋਥ ਆਫ ਇੰਸਟੀਟਿਊਸ਼ਨਸ ਆਫਰਿੰਗ انٹرنیشنل এডੂਕੇਸ਼ਨ ਦਾ ਪ੍ਰੋਵਿੰਸ ਵਿਲ ਪੋਜ਼ अप्रूवल फॉर 2 इयर्स अनटिल फरवरी 2026 ऑफ न्यू पोस्ट कंट्री इंस्टीट्यूशन सीकिंग टू एनरोल इंटरनेशनल स्टूडेंट्स दो साल ਦਾ ਬੈਂਡ 2026 ਤੱਕ ਫਰਵਰੀ ਤੱਕ ਲਗਾਇਆ ਗਿਆ बीसी इंटरनेशनल ਬੱਚੇ ਨੂੰ ਕਿਉਂ ਲਗਾਇਆ ਗਿਆ ਇਨਹਾਂਸਡ ਕੰਪਲਾਈਂਸ ਐਂਡ ਇਨਫੋਰਸਮੈਂਟ ਅਚਾਹ ਹੁਣ ਕਰਨਾ ਕੀ ਉਹਨਾਂ ਨੇ ਦਾ ਪ੍ਰੋਵਿੰਸ ਵਿਲ ਇੰਪਲੀਮੈਂਟ ਮੋਰ ਫ੍ਰੀਕੁਐਂਟ ਇਨਸਪੈਕਸ਼ਨਜ਼ ਆਫ ਪ੍ਰਾਈਵੇਟ ਪੋਸਟ ਸਕੈਂਡਰੀ ਇੰਸਟੀਟਿਊਸ਼ਨਸ ਟੂ ਸ਼ੋว์ ਥੈਟ ਨਿਊ ਐਂਡ ਇੰਪਰੂਵਡ ਕੁਆਲਿਟੀ ਸਟੈਂਡਰਡਸ ਆਰ ਮੈਟ ਐਂਡ ਦਾ ਸਟੂਡੈਂਟਸ ਆਰ ਪ੍ਰੋਪਰਲੀ ਸਪੋਰਟਡ ਸੋ ਇੰਟਰਨੈਸ਼ਨਲ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਦੀ ਮਾਇਨੇ ਮਿਲ ਸਕਣ ਪ੍ਰੋਪਰ ਐਜੂਕੇਸ਼ਨ ਦੀ ਵੈਲਿਊ ਮਿਲ ਸਕੇ ਉਹਦੇ ਲਈ ਟਾਈਮ ਟੂ ਟਾਈਮ ਸਾਰੀਆਂ ਇਨਸਪੈਕਸ਼ਨਸ ਆਪਣੇ ਲੈਵਲ ਤੇ ਕਰਨੀਆਂ ਸ਼ੁਰੂ ਕਰ ਦਿੱਤੀ ਇਹਨਾਂ ਨੇ ਉਹਨਾਂ high standard for private degree programs to ensure students to receive quality education private degree programs will uh, need to meet higher standards for approval standards include higher assessment criteria for degree quality demonstrated labor market need for graduates and appropriate resources and student support so اونਾ پروگرام ਨੂੰ ਪ੍ਰਮੋਟ ਕੀਤਾ ਜਾਏਗਾ ਜਿਹਦੀ ਸਕਿੱਲ ਸ਼ਾਰਟੇਜ ਡਿਮਾਂਡ ਵਿੱਚ ਨੇ ਔਰ ਅੱਗੇ ਵੀ ਕਿਹਾ ਗਿਆ ਕਿ ਉਹਨਾਂ ਪ੍ਰਾਈਵੇਟ ਕਾਲਜ ਵਿੱਚ ਅਸੀਂ ਇਹ ਅਸੈਸ ਕਰ ਰਹੇ ਹਾਂ ਚੈੱਕ ਕਰ ਰਹੇ ਕਿ IELTS ਰਿਕੁਆਇਰਮੈਂਟ ਲੈਂਗੁਏਜ ਨੂੰ ਵਧਾਈ ਜਾ ਸਕਦੀ ਹੈ ਫੋਰ ਐਗਜ਼ਾਮਪਲ ਅਜੈਸਟਿਅਸ ਕੈਟਾਗਰੀ ਚ ਅਪਲਾਈ ਕਰਨਾ ਤਾਂ ਓਵਰঅল 6 ਬੈਂਡ ਚਾਹੀਦੇ ਨੇ 1 2 3 ਮੋਡਿਊਲ 5.5 ਬੈਂਡ ਡਸਨਟ ਮੈਟਰ ਉਹਦੇ ਸਮੇਂ ਵਿੱਚ ਹੋ ਸਕਦਾ ਉਹਨਾਂ ਦੀ IELTS ਰਿਕੁਆਇਰਮੈਂਟ ਵਧਾਈ ਜਾਵੇ ਉਸ ਕੀ ਕਿਹਾ ਗਿਆ ਨਿਊ ਲੈਂਗੁਏਜ ਰਿਕੁਆਇਰਮੈਂਟ ਫੋਰ ਪ੍ਰਾਈਵੇਟ ਇੰਸਟੀਟਿਊਟਸ ਦਾ ਪ੍ਰੋਵਿੰਸੀ ਸੈਟਿੰਗ ਮਿਨਿਮਮ ਲੈਂਗੁਏਜ recommend at private training institute to ensure new international students are better prepared for their educational and professional journey in BC so jede students nu better education den de liye private institutes jada iels criteria vadon di gallan kitiyan ja rahiyan hain tuition transparency public post secondary institutions will be required to post tuition levels for students for the entire time they are studying the, this ensure uh, incoming students uh, now da know the entire cost of their education before the start of the program so ਬਹੁਤ ਸਾਰੇ ਬਦਲਾਵ ਇਹਦੇ ਵਿੱਚ ਕੀਤੇ ਜਾ ਰਹੇ ਨੇ ਸਲੀਨਾ ਰੋਬਿੰਸਨ ਜਿਹੜੇ ਪੋਸਟ ਕੰਟਰੀ এডਿਊਕੇਸ਼ਨ ਮਿਨਿਸਟਰ ਨੇ bc ਦੇ 2 ਸਾਲ ਦੀ ਇੰਟਰਨੈਸ਼ਨਲ ਬੱਚੇ ਤੇ ਬੈਨ ਕਰ ਦਿੱਤਾ ਗਿਆ ਟੋਰਾਂਟੋ ਨੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਆਉਣ ਵਾਲੇ ਦਿਨਾਂ ਵਿੱਚ ਬੰਦ ਕਰ ਦਿੱਤੀ ਗਈ 1 ਸਤੰਬਰ ਤੋਂ ਪ੍ਰਾਈਵੇਟ ਪਬਲਿਕ ਕਾਲਜ ਚ ਪੜਨ ਵਾਲੇ ਬੱਚੇ ਦੇ ਵਰਕ ਪਰਮਿਟ ਪੋਸਟ ਗੈਰੂ ਵਰਮੜ ਦੇ ਅਧਿਕਾਰ ਆ ਖੋਲੇ ਗਏ ਨਹੀਂ ਵਰਪਾ ਮਿਲੇਗਾ ਉਹਨਾਂ ਬੱਚਿਆਂ ਨੂੰ ਬਹੁਤ ਵੱਡੀ ਪੱਧ ਤੇ ਬਦਲਾਵ ਆ ਰਿਹਾ ਪਰ ਨਾਲ ਦੀ ਨਾਲ ਜਿਹੜੇ ਆਪੋਜੀਟ ਪਾਰਟੀਆਂ ਵਾਲੇ ਇਹ ਵੀ ਬੋਲ ਰਹੇ ਨੇ ਕਿ ਇਦਾਂ ਦੇ ਬਦਲਾਅ ਨਾਲ ਕੈਨੇਡਾ ਦੀ ਜਿਹੜੀ ਛਵੀ ਖਰਾਬ ਹੋਏਗੀ ਕਿਉਂਕਿ ਕੈਨੇਡਾ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਦੇ ਹੱਬ ਦੇ ਤੌਰ ਤੇ ਜਾਣੇ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਬਦਲਾਅ ਚੰਗੇ ਲਈ ਹੋਏ ਸੋ ਇਹ ਤਾਂ ਸੀ ਬਿਆਨਬਾਜ਼ੀ BC ਔਰ ਅਨਟੈਰੀ ਗਵਰਨਮੈਂਟ ਦੀ ਪਰ ਮੇਰਾ ਆਪਣਾ ਤਤ ਕੀ ਹੈ ਮੇਰਾ ਤਤ ਇਹ ਕਹਿੰਦਾ ਕਿ ਇਹ ਜੋ ਬਦਲਾਅ ਹੋਦੇ ਨਾ ਕਿਸੇ ਫਾਇਦੇ ਲਈ ਆ ਰਹੇ ਨੇ ਕਿਉਂਕਿ ਜਦੋਂ ਬੱਚੇ ਨੂੰ ਇੰਜੈਕਸ਼ਨ ਲੱਗਦਾ ਉਦੋਂ ਮਾਂ ਨੂੰ ਵੀ ਦੁੱਖ ਲੱਗਦਾ ਬੱਚਾ ਵੀ ਰੋਂਦਾ ਚੀਕ ਮਾਰਦਾ ਬਟ ਉਹ ਇੰਜੈਕਸ਼ਨ ਨਾਲ ਬਾਅਦ ਚੋਦੀ ਬਿਮਾਰੀ ਦਾ ਇਲਾਜ ਹੁੰਦਾ ਉਹਨੂੰ ਟ੍ਰੀਟਮੈਂਟ ਮਿਲਦੀ ਉਹਨੂੰ ਉਹਨੂੰ ਰਾਹਮ ਹੁੰਦਾ ਉਸ ਚੀਜ਼ ਤੋਂ ਤੋਂ ਜਦੋਂ ਇਹ ਸਖਤੀ ਕੀਤੀ ਕਿ ਪਹਿਲੇ ਬਰਾਦਾ ਚੀਕਾ ਸਾਰਿਆਂ ਨੇ ਮਾਰਨੀ ਆ ਕੰਸਲਟੈਂਟ ਲੌਬੀ ਵੀ ਮਾਰ ਰਹੀ ਹੈ ਨਿਆਣੇ ਬੱਚੇ ਵੀ ਮਾਰ ਰਹੇ ਉਹਨੇ ਮਾਂ ਪਿਓ ਮਾਰ ਰਹੇ ਕਾਲਜ ਵੀ ਚੀਕਾ ਮਾਰ ਰਹੇ ਬਟ ਇਹਦਾ ਬਦਲਾਅ ਦਾ ਜਿਹੜਾ ਅਸਰ ਆ ਹੌਲੀ ਹੌਲੀ ਤੁਹਾਡੇ ਫਾਇਦੇ ਲਈ ਇੱਕ ਇੰਟਰਨੈਸ਼ਨਲ ਸਟੂਡੈਂਟ ਵਰਗ ਦੇ ਫਾਇਦੇ ਕੀਤਾ ਜਾ ਰਿਹਾ ਜਿਹੜੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲੱਗਦੇ ਨੇ ਬੱਚੇ ਕਹਿੰਦੇ ਅਸੀਂ ਟੰਟਾਂ ਤੇ ਸੌਂ ਰਹੇ ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਉਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹੁਣ ਸਰਕਾਰਾਂ ਆਪਣੇ ਆਪਣੇ ਲੈਵਲ ਤੇ ਜਿੱਥੇ ਅਟੈਸਟੇਸ਼ਨ ਜਿਹੜਾ ਲੈਟਰ ਜਾਰੀ ਕਰ ਰਹੀਆਂ ਨੇ ਨਾਲ ਨਾਲ ਇਸ ਚੀਜ਼ ਦਾ ਵੀ ਉਹ ਮੇਕ ਸ਼ੋਰ ਕਰ ਰਹੀਆਂ ਨੇ ਕਿ ਕਾਲਜਸ ਕੋਲ ਪ੍ਰੋਪਰ ਬੱਚਿਆਂ ਦੀ ਅਕਮੋਡੇਸ਼ਨ ਦੇ ਰਿਸੋਰਸਸ ਹੋਣ ਇਹਨਿਕੋ ਆਪਦੇ ਕਾਲਜ ਦੇ ਹੋਸਟਲ ਪਹੁੰਚ ਬਟ ਐਟ ਲੀਸ ਉਹਨਾਂ ਕਾਲਜ ਦੇ ਕੋਲ ਬੱਚੇ ਨੂੰ ਕਿਤੇ ਨਾ ਕਿਤੇ ਅਕਮੋਡੇਸ਼ਨ ਦਾ ਅਰੇਂਜਮੈਂਟ ਕਰਨ ਦਾ ਪ੍ਰਬੰਧ ਹੋਵੇ ਇਦਾਂ ਦੀਆਂ ਫਾਰਮੈਲਿਟੀ ਨਾਲ ਲਗਾਈਆਂ ਜਾ ਰਹੀਆਂ ਨੇ ਔਰ ਇਹ ਸਾਰੀਆਂ ਆਪਸ ਵਿੱਚ ਇੰਟਰਕਨੈਕਟਡ ਨੇ ਜੇ ਕਿਸ ਨੂੰ ਯਾਦ ਹੋਵੇ ਜੇ ਕੋਈ ਸਾਡੇ ਚੈਨਲ ਨੂੰ ਪੁਰਾਣਾ ਦੇਖਦਾ ਤਾਂ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਬੋਲਿਆ ਸੀ ਕਿ ਮਾਰਚ ਤੋਂ ਬਾਅਦ ਬਹੁਤ ਜਲਦੀ ਕੈਨੇਡਾ ਨੇ 2024 ਦੇ ਵਿੱਚ ਇੱਕ ਇੰਸਟੀਚੂਟ ਦੀ ਲਿਸਟ ਜਾਰੀ ਕਰਨੀ ਹੈ ਜੋ 2009 ਦੇ ਵਿੱਚ SPP ਲਿਸਟ ਹੁੰਦੀ ਸੀ 47 ਕਾਲਜਾਂ ਦੀ ਉਹਦਾ ਦੀ ਕਿ ਲਿਸਟ ਜਾਰੀ ਕਰਨੀ ਹੈ ਹਾਈਲੀ ਟਰਸਟਡ ਜਾਂ ਟਰਸਟਡ ਇੰਸਟੀਚੂਟਸ ਦੀ ਜਿਨ੍ਹਾਂ ਕੋ ਪ੍ਰੋਪਰ ਟਰੈਕ ਰਿਕਾਰਡ ਅੱਛਾ ਹੈ ਪ੍ਰੋਪਰ ਇਨਫਰਾਸਟ੍ਰਕਚਰ ਅੱਛਾ ਹੈ ਜਿਨ੍ਹਾਂ ਕੋਲ ਬੱਚਿਆਂ ਦੀ ਅਕਮੋਡੇਸ਼ਨ ਦੇ ਪ੍ਰਬੰਧ ਨੇ ਸੋ ਸੋ ਮਨੀ ਥਿੰਗਸ ਉਸ ਪੈਰਾਮੀਟਰ ਚ ਹੋਣਗੀਆਂ ਸੋ ਉਹ ਜਿਹੜੀ ਲਿਸਟ ਆਫ ਕਾਲਜ ਦੀ ਜਰੂਰ ਜਾਰੀ ਹੋਏਗੀ ਉਦੋਂ ਉਹਨਾਂ ਕਾਲਜਸ ਦਾ ਕਾਲਜਸ ਦਾ ਵੀਜ਼ਾ ਸਕਸੈਸਫੁਲ ਹੋਵੇਗਾ ਬਾਕੀ ਦਾ ਕਟੇਗਾ ਅੱਜ ਬੀਸੀ ਨੇ 2 ਸਾਲ ਲਈ ਪ੍ਰਾਈਵੇਟ ਕਾਲਜ ਵਿੱਚ ਇੰਟਰਨੈਸ਼ਨਲ ਬੱਚੇ ਲੈਣ ਤੋਂ ਬਿਆਨ ਕਰਤਾ ਹੰਟੈਰੀਓ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਲੀ ਬੈਨ ਕਰ ਦਿੱਤਾ ਇਹ ਸਭ ਟਰਸਟਡ ਇੰਸਟੀਟਿਊਟ ਦੀ ਲਿਸਟ ਬਣਾਉਣ ਦੀ ਤਿਆਰੀ ਹੈ ਇਹ ਬੜੀ ਇੰਪੋਰਟੈਂਟ ਲਾਹੇਵੰਦ ਵੀਡੀਓ ਹੈ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜੂ ਕਰਿਓ ਕਿਉਂਕਿ ਇਹ ਵੀਡੀਓ ਜਾਣ ਕੇ ਬੱਚੇ ਨੂੰ ਇਸ ਗੱਲ ਦਾ ਪਤਾ ਚੂ ਲੱਗੇਗਾ ਕਿ ਮੈਨੂੰ ਕਿਹੜੇ ਸੂਬੇ ਕਿਹੜੇ ਕੋਲੇ ਵੀਜ਼ਾ ਅਪਲਾਈ ਕਰਨਾ ਚਾਹੀਦਾ। ਇੱਕ ਨਵੀਂ ਵੀਡੀਓ ਲੈ ਕੇ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਊਂਗਾ ਉਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਕਿਹੜੇ ਸਟੂਡੈਂਟ ਨੂੰ ਹੁਣ ਵੀਜ਼ਾ ਅਪਲਾਈ ਕਰਨੇ ਚਾਹੀਦੇ ਨੇ ਕਦੋਂ ਕਰਨੇ ਚਾਹੀਦੇ ਨੇ ਕਿਉਂਕਿ ਬੱਚਾ ਇਸ ਗੱਲੋਂ ਕਨਫਿਊਜ਼ ਹੈ ਕਿ 31 ਮਈ ਤੋਂ ਪਹਿਲਾਂ ਪਹਿਲਾਂ ਟੈਸਟ ਸਟੇਸ਼ਨ ਸਰਟੀਫਿਕੇਟ ਪਤਨੀ ਜਾਰੀ ਹੋਣਾ ਕਿ ਨਹੀਂ ਹੋਣਾ ਫਾਈਲ ਲੋਜ ਹੋ ਨਹੀਂ ਰਹੀ ਆਫਲਡ ਅਪਲਾਈ ਕਰਾਂ ਜਾਂ ਨਾ ਕਰਾਂ ਸੋ ਸਾਡੇ ਇਸ ਚੈਨਲ ਨਾਲ ਜੁੜੇ ਜੁੜੇ ਹੋ ਅਗਰ ਕੈਨੇਡਾ ਦੇ ਹਰ ਤਰ੍ਹਾਂ ਦੇ ਪੂਰੀ ਬਰੀਕੀ ਨਾਲ ਮੈਂ ਔਰ ਮੇਰੀ ਟੀਮ ਰਿਸਰਚ ਕਰਕੇ ਤੁਹਾਡੇ ਤੱਕ ਅਪਡੇਟਸ ਲੈ ਕੇ ਉਹਨੇ ਤਾਂ ਕਿ ਤੁਸੀਂ ਆਪਣੇ ਭਵਿੱਖ ਸੰਬੰਧੀ ਸਹੀ ਫੈਸਲਾ ਲੈ ਸਕੋ ਇੱਕ